ਅਵੈਸ ਬੈਲ ਵਾਲ 11 ਵਾ ਬ੍ਰਦਰ, ਸਾਹਿਬ ਬੈਲ ਵਾਲ 11 ਵਾ, ਰੁਸਤਮ ਸਾਹਿਬਾਲ ਵਾ 11 ਵਾ, ਮਲਕ ਬਿਲਾਲ ਖੁਕਰ ਸਾਹਿਬ ਚੇਅਰਮੈਨ LWMC ਭਾਈ ਖਾਲਦ, ਉਹ ਕਿੱਥੇ ਜੇ ਅਵੈਸ ਸਾਰੇ ਦੀ ਨਿਗਾਹਾਂ ਤੁਹਾਡੇ ਲਈ, ਅਵੈਸ 11 ਵਾ ਆਸਾ ਪਹਿਲਵਾਨ ਮੋਚੀ, ਇੰਤਜ਼ਾਰ ਥਾ ਅਵੈਸ ਪਹਿਲਵਾਨ 11 ਵਾ ਜੀ, ਮੈਂ ਰਿਕੁਐਸਟ ਕਰਾਂਗਾ ਯੂਸਫ ਪਹਿਲਵਾਨ ਅੱਗੇ, ਮਲਕ ਸ਼ਹਿਬਾਜ਼ ਸਾਹਿਬ ਸਾਡੇ ਅੱਜ ਦੇ ਮਹਿਮਾਨ ਖਸੂਸੀ ਸਾਹਿਬ ਨੂੰ ਲੈ ਕੇ ਆਓ, ਵੱਡੀ ਜੋੜ ਨਾਲ ਤਾਰਫ ਹੋਏਗਾ ਫੈਸਲ ਅਯੂਬ ਖੋਖਰ ਸਾਹਿਬ ਦਾ, ਤਾਰਫ ਹੋਏਗਾ ਵੱਡੀ ਜੋੜ ਨਾਲ ਬਗੈਰਾ ਗੁਰਦੇ ਨਾਲ, ਮਲਕ ਜ਼ਮਾਨ ਨਸੀਬ ਸਦਰ ਆਜ਼ਮ ਗਲਾਥ ਮਾਰਕੀਟ ਤੁਸੀਂ ਵੀ ਆ ਜਾਓ, ਸਾਰੇ ਬੰਦੇ ਬਾਹਰ ਆ ਜਾਓ, ਚਲੋ ਬੰਦੇ ਨੇ ਉਹ ਵੀ ਬਾਹਰ ਨਿਕਲੋ, ਚੱਪਲੀ ਮਾਰ ਕੇ ਬੈਠੇ ਜੇ, ਮਲਕ ਹਮਜ਼ਾ ਹੁੰਜਰ ਸਾਹਿਬ ਅੰਦਰ ਵੀ ਖਾ ਯਾਰ ਨਜ਼ੀਰ, ਮਲਕ ਹਮਜ਼ਾ ਹੰਜਰ ਸਾਹਿਬ, ਮਲਕ ਨਜ਼ੀਬ ਖੋਖਰ ਗੁਲਾਬ ਖੋਖਰ ਸਾਹਿਬ ਦੇ ਸਾਹਿਬਜ਼ਾਦੇ, ਮਲਕ ਹਮਜ਼ਾ ਹੰਜਰ ਸਾਹਿਬ ਪੁੱਤਰ, ਮਲਕ ਨਜ਼ੀਬ ਗੁਲਾਬ ਖੋਖਰ ਸਾਹਿਬ,
ਮਤਲਬ ਅਹਿਮਦ ਹੰਜਰੀ ਖੋਕਰ ਸਾਹਿਬ ਕੱਲ ਕਵੇਤ ਕਵੇਤ ਕਮੇਟੀ ਤੇ ਦਰਬਾਰ ਕਮੇਟੀ ਜਿੰਨੀਆਂ ਮੈਂਬਰ ਕਵੇਤ ਕਮੇਟੀ ਨੂੰ ਪੱਗਾਂ ਪਈਆਂ ਨੇ ਇਹ ਸਾਰੀਆਂ ਕਵੇਤ ਕਮੇਟੀ ਨੇ ਦਿੱਤੀਆਂ ਜੀ, ਅਸੀਂ ਉਹਨਾਂ ਦੇ ਬੜੇ ਮਸ਼ਕੂਰ ਹਾਂ। ਮੋਦੀ ਇੱਕ ਘੰਟਾ ਟਾਈਮ ਦਿੱਤਾ ਕੁਸ਼ਤੀ ਨੂੰ, ਖੁੱਲੀ ਕੁਸ਼ਤੀ ਇੱਕ ਘੰਟੇ ਦੇ ਵਿੱਚ ਫੈਸਲਾ ਨਾ ਹੋਇਆ ਤੇ ਫਿਰ ਕੁਸ਼ਤੀ ਪੁਆਇੰਟ ਦੇ ਹੋਏਗੀ। ਇਹ ਤਾੜੀ ਮਾਰ ਦਿਓ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਵਾਸਤੇ, ਇੱਕ ਘੰਟਾ ਕੁਸ਼ਤੀ ਦਾ ਟਾਈਮ ਹੈ। ਹਾਜੀ ਉਮਰ ਪਹਿਲਵਾਨ ਰੁਸਤਮ ਇੰਡੋ ਪਾਕ, ਯੂਸਫ ਪਹਿਲਵਾਨ ਸਾਬਣ ਵਾਲਾ ਪੁੱਤਰ ਮੁਮਰ ਰਿਆਜ਼, ਬਿੱਲਾ ਪਹਿਲਵਾਨ ਸਾਬਣ ਵਾਲਾ ਸ਼ੇਰ ਏ ਪਾਕਿਸਤਾਨ, ਚੌਧਰੀ ਮੁਹੰਮਦ ਅਰਸ਼ਦ ਸੱਤਾਰ ਸਾਹਿਬ ਪ੍ਰੈਜ਼ੀਡੈਂਟ ਪੰਜਾਬ ਰੈਸਲਿੰਗ ਐਸੋਸੀਏਸ਼ਨ, ਖਾਨ ਪਹਿਲਵਾਨ, ਵਿੱਕੀ ਪਹਿਲਵਾਨ, ਸ਼ਾਰ ਮੁਹੰਮਦ ਘੋੜਾ ਤੇ ਨਾਸਰ ਪਹਿਲਵਾਨ ਜੰਦਰਾਕੇ ਵਾਲਾ ਜੱਟ, ਮਿੱਠੂ ਪਹਿਲਵਾਨ ਦਰਗਰਾਂ ਵਾਲਾ ਆਫ ਓਕਾੜਾ, ਕਵੇਤ ਕਮੇਟੀ ਤੇ ਦਰਬਾਰ ਕਮੇਟੀ ਦੇ ਝੂਲੇ ਲਾਲ ਦੰਗਲ ਹੋ ਰਹੇ ਜੀ, 18,000 ਚੰਗ ਵੱਡੀ ਜੋੜੇ ਸ਼ਰਾਫਤ ਚੁਪੇਲ ਦੇ ਪੁੱਤਰ ਦੀ, ਸ਼ਰਾਫਤ ਚੁਪੇਲ ਦੇ ਪੁੱਤਰ ਦੀ ਤੇ ਆਸੂ ਪਹਿਲਵਾਨ ਮੁਲਤਾਨੀਏ ਦੀ, 13 ਅਕਤੂਬਰ ਨੂੰ 18,000 ਚੰਗ ਬੜਾ ਸ਼ਾਨਦਾਰ ਦੰਗਲ ਹੈ ਜੀ। ਸ਼ਰਾਫਤ ਪਹਿਲਵਾਨ ਚੁਪੇਲ ਦੇ ਪੁੱਤਰ ਦੀ ਵੱਡੀ ਜੋੜੇ ਆਸੂ ਪਹਿਲਵਾਨ ਪੁੱਤਰ ਅੱਛੀ ਪਹਿਲਵਾਨ ਰੁਸਤਮੇ ਮੁਲਤਾਨ ਦੇ ਭਤੀਜਾ ਅੱਛੂ ਪਹਿਲਵਾਨ ਨਾਲ ਕਵੇਤ ਕਮੇਟੀ ਤੇ ਦਰਬਾਰ ਕਮੇਟੀ ਦੇ ਤਾਵਨ ਦੇ ਨਾਲ ਅੱਜ ਦਾ ਐਮਐਲਏ ਦੇ ਜਿਹੜੀਆਂ ਕੁਸ਼ਤੀਆਂ ਕਰਾਈਆਂ ਗਈਆਂ ਅਟੈਕ ਕੀਤਾ ਉਹ ਤਾੜੀਆਂ ਮਾਰ ਰਿਹਾ ਹੈ। ਅਵਿਆਸ ਪਹਿਲਵਾਨ ਚਾਰਾਂ ਨੇ ਅੱਗੇ ਰੱਖ ਲਿਆ ਜੀ ਆਸਮ ਉੱਚੀ ਨੂੰ, ਯਾਰ ਤਾੜੀ 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 ਬਹੁਤ ਅੱਛੇ
ਬਹੁਤ ਅੱਛੇ ਪਹਿਲਵਾਨ ਨੂੰ ਹਸਟਾਰਾ ਲਿਆ ਜਿਹਦਾ ਆਸਮ ਮੋਚੀ ਦਰਬਾਰ ਕਵੇਤ ਕਮੇਟੀ ਤੇ ਦਰਬਾਰ ਕਮੇਟੀ ਦੇ ਤਾਵਨ ਦੇ ਨਾਲ ਅੱਜ ਦਾ ਜੰਗਲ ਦਰਬਾਰ ਕਵੇਤ ਕਮੇਟੀ ਤੇ ਦਰਬਾਰ ਕਮੇਟੀ ਦੇ ਖੋਖਰ ਬਰਾਦਰਾਂ ਜਿਹਨਾਂ ਦੇ ਤਾਵਨ ਨਾਲ ਐਡਾ ਵੱਡਾ ਸ਼ੇਰੇ ਪਾਕਿਸਤਾਨ ਟਾਈਟਲ ਕੁਸ਼ਤੀ ਇੱਕ ਗੁਰਜ ਜੀ ਗੋਸ਼ੀ ਪ੍ਰਧਾਨ ਨੇ ਮੈਨੂੰ ਦੱਸਿਆ ਕਿ ਕੱਲ ਈਦ ਮਾਮਲੇ ਨਬੀ ਵਾਲੇ ਤੇ ਕੁਸ਼ਤੀਆਂ ਗੁਲਸ਼ਨ ਆਦਿ ਕੱਲ ਹੋਣਗੀਆਂ ਗੁਲਸ਼ਨ ਆਦੀ ਈਦ ਮਿਲਾਦ ਨਬੀ ਦੀ ਖੁਸ਼ੀ ਦੇ ਵਿੱਚ ਕੁਸ਼ਤੀਆਂ ਜੀ ਕੱਲ ਨੂੰ ਕੁਸ਼ਤੀ ਸ਼ੇਰੇ ਪਾਕਿਸਤਾਨ ਟਾਈਟਲ ਮੁਕਾਬਲਾ ਯੂਸਫ ਪਹਿਲਵਾਨ ਸਾਬਣ ਵਾਲਾ ਮੁਨਸਫ ਕੁਸ਼ਤੀ ਪੁੱਤਰ ਰਿਆਜ਼ ਬਿੱਲਾ ਪਹਿਲਵਾਨ ਸਾਬਣ ਵਾਲਾ ਹਾਜੀ ਉਮਰ ਪਹਿਲਵਾਨ ਉਸਤਮ ਇੰਡੋ ਪਾਕ ਗੁਜਰਾਲੀਆ ਕਵੇਤ ਕਮੇਟੀ ਦੇ ਤਾਵਨ ਦੇ ਨਾਲ ਗੁਰਜ ਇਨਾਮ ਏ ਪੇਟੀ ਤੇ ਪੈਸੇ ਦਿੱਤੇ ਜੀ ਕਵੇਤ ਕਮੇਟੀ ਵਾਲਿਆਂ ਨੇ ਮਲਕ ਨਜ਼ੀਰ ਗੁਲਾਬ ਸਾਹਿਬ ਮਲਕ ਨਜ਼ੀਰ ਗੁਲਾਬ ਖੋਕਰ ਸਾਹਿਬ ਕਵੇਤ ਕਮੇਟੀ ਦੇ ਦਰਬਾਰ ਕਮੇਟੀ ਦੇ ਤਾਵਨ ਦੇ ਨਾਲ ਇਹ ਕੁਸ਼ਤੀਆਂ ਹੋ ਰਹੀਆਂ ਨਾ ਕਵੇਤ ਕਮੇਟੀ ਦੇ ਦਰਬਾਰ ਕਮੇਟੀ ਦੇ ਤਾਵਨ ਦੇ ਨਾਲ ਦਰਬਾਰ ਕਮੇਟੀ ਕਵੇਤ ਕਮੇਟੀ ਮੁੱਲਾ ਖਲੀਲ ਖੋਖਰ ਸਾਹਿਬ ਕਵੇਤ ਵਾਲੇ
ਸਾਹਿਬਾਂ ਨੇ, ਮਲਕ ਨਜ਼ੀਰ ਗੁਲਾਬ ਖੋਖਰ ਸਾਹਿਬ, ਸ਼ਜੀਰ ਸ਼ਾਕਰ ਸਾਹਿਬ, ਮਲਕ ਸਾਜਨ ਨੰਬਰਦਾਰ, ਮਲਕ ਵਕਾਰ ਖਲੀਲ, ਸ਼ਹਿਬਾਜ਼ ਬਾਰਾ ਸਾਹਿਬ, ਮਲਕ ਇਸ਼ਫਾਕ ਨਿਆਮਤ ਸਾਹਿਬ, ਮਲਕ ਨਜ਼ਰ ਅਸਲਮ ਮੰਦੇਗੇ, ਮਲਕ ਸ਼ੌਕਤ ਨੰਬਰਦਾਰ, ਮਲਕ ਮੁਬੱਸ਼ਰ ਅਕਰਮ ਮੰਦੇਗੇ, ਮਲਕ ਅਮਜਦ ਵੱਟਾ, ਮਲਕ ਜੱਗਾ ਖੋਖਰ, ਮਲਕ ਯੂਸਫ ਜੱਜ ਨੱਥੂਗੇ, ਮਲਕ ਹਾਜੀ ਅਲੀ ਹੁਸੈਨ, ਮਲਕ ਹਾਜੀ ਸ਼ੌਕਤ, ਮਲਕ ਅਸ਼ਰਫ ਬਖਸ਼ਾ, ਮਲਕ ਸ਼ਹਿਬਾਜ਼ ਪਹਿਲਵਾਨੀ, ਗੁਲਾਮ ਰੱਬਾਨੀ ਗੰਜਾ, ਮਲਕ ਫੈਜ਼ ਗੁਲਾਬ ਸਾਹਿਬ, ਮਲਕ ਹਾਜੀ ਭੋਲਾ ਬਾਰਾ, ਮਲਕ ਅਮਜਦ ਕੁੱਚਾ ਸਾਹਿਬ, ਮਲਕ ਸ਼ਬੀਰ ਚੇਅਰਮੈਨ, ਮਲਕ ਹਮਜ਼ਾ ਹੰਜਰੀ, ਨਜ਼ੀਰ ਗੁਲਾਬ ਕੇ ਸਾਹਿਬਜ਼ਾਦੇ, ਮਲਕ ਮੁਦੱਸਰ ਖੋਖਰ ਡਿਪਟੀ ਸੈਕਟਰੀ ਪੰਜਾਬ ਪੁਲਿਸ, ਮਲਕ ਮੁਜ਼ੰਮਲ ਖੋਖਰ ਅਸਿਸਟੈਂਟ ਕਮਿਸ਼ਨਰ, ਮਲਕ ਇਤਜ਼ਾਕ ਖੋਖਰ ਐਸਪੀ ਪੁਲਿਸ, ਮਲਕ ਅਸਲਮ ਜੀਰ ਚੇਅਰਮੈਨ ਦਰਬਾਰ ਕਮੇਟੀ, ਮਲਕ ਨਜ਼ੀਰ ਅਹਿਮਦ ਖੋਖਰ ਸਾਹਿਬ ਸਦਰ ਆਲ ਪਾਕਿਸਤਾਨ ਖੋਖਰ ਆਰਗਨਾਈਜੇਸ਼ਨ, ਮਲਕ ਰਾਸ਼ਦ ਸਦੀਕ ਖੋਖਰ ਸਾਹਿਬ ਜਨਰਲ ਸੈਕਟਰੀ ਆਲ ਪਾਕਿਸਤਾਨ ਖੋਖਰ ਆਰਗਨਾਈਜੇਸ਼ਨ, ਮਲਕ ਮੰਜ਼ਰ ਅਬਾਸ ਖੋਖਰ ਸਾਹਿਬ, ਮਲਕ ਵਸੀਮ ਖੋਖਰ ਸਾਹਿਬ, ਮਲਕ ਖਾਲਦ ਖੋਖਰ ਸਾਹਿਬ, ਮਲਕ ਵਾਸਕ ਇਕਬਾਲ ਖੋਖਰ ਸਾਹਿਬ, ਅਲੀ ਸ਼ੇਰ ਖੋਖਰ ਸਾਹਿਬ, ਮਲਕ ਆਰਫ ਜਮਾਲ ਸਾਹਿਬ, ਮਲਕ ਫਕੀਰ ਚੇਅਰਮੈਨ ਮਰਹੂਮ ਰਹਿਮਤੁੱਲਾ ਅਲੈ, ਹਾਜੀ ਅਕਰਮ ਮਰਹੂਮ ਸਾਹਿਬ, ਮਲਕ ਅਸਲਮ ਜੀਰ ਸਾਹਿਬ ਚੇਅਰਮੈਨ, ਮਲਕ ਸ਼ਾਹ ਨਵਾਜ਼ ਸਾਹਿਬ, ਮਲਕ ਹਫੀਜ਼ ਸਾਹਿਬ, ਮਲਕ ਅਫਜ਼ਲ ਰਹੀਮ ਸਾਹਿਬ, ਮਲਕ ਗੋਗਾ ਰਹੀਮ ਸਾਹਿਬ, ਮਲਕ ਹਮਾਇਓ ਰਹੀਮ ਸਾਹਿਬ, ਤੇ ਤਮਾਮ ਖੋਖਰ ਬਰਾਦਰਾਂ, ਕਵੇਤ ਕਮੇਟੀ, ਮਲਕ ਅਹਿਮਦ ਅਲੀ ਗੁਲਾਬ, ਮਲਕ ਅਹਿਮਦ ਅਲੀ ਗੁਲਾਬ ਆਸਮ ਮੋਚੀ ਉੱਤੇ, ਲਓ ਜੀ ਇੱਕ ਵਾਰੀ ਜ਼ਰੂਰੀ ਐਲਾਨ ਸੁਣ ਲਓ। ਚੌਧਰੀ ਅਰਸ਼ਦ ਸਤਾਰ, ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੀ ਤਰਫੋਂ ਐਲਾਨ ਹੈ ਕਿ ਪੂਰੇ ਪਾਕਿਸਤਾਨ 'ਚ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕੁਸ਼ਤੀਆਂ ਕਰਾਵੇ ਅਸੀਂ ਹਾਜ਼ਰ ਹਾਂ। ਕੱਲ੍ਹ 12 ਰੋਬੀ ਕਬਲ ਦੀ ਖੁਸ਼ੀ ਦੇ ਵਿੱਚ ਗੁਲਸ਼ਨ ਰਾਵੀ ਦੇ ਵਿੱਚ ਬੜਾ ਵੱਡਾ ਦੰਗਲ ਹੋ ਰਿਹਾ ਹੈ। ਤਮਾਮ ਦੋਸਤ ਉੱਥੇ ਪਹੁੰਚਣਾ, ਗੂੰਗੇ ਪਹਿਲਵਾਨ ਦੀ ਅਤੇ ਆਫਤਾ ਬੱਟ ਗੁਜਰਾਲੀਆ ਦੀ ਵੱਡੀ ਕੁਸ਼ਤੀ ਹੈ, ਹੋਰ ਵੀ ਬੜੀਆਂ ਕੁਸ਼ਤੀਆਂ ਹੋਣਗੀਆਂ। ਤਮਾਮ ਦੋਸਤ ਖੋਖਰ ਬਰਾਦਰਾਂ ਵਾਸਤੇ ਜਿਨ੍ਹਾਂ ਨੇ ਏਡਾ ਕਾਮਯਾਬ ਦੰਗਲ ਕਰਾਇਆ, ਉਹਨੂੰ ਕਸਮੇ ਖੁਦਾ ਦੀ ਜਿਹੜਾ ਤਾੜੀ ਨਾ ਲਾਵੇ। ਮਿੱਠੂ ਪਹਿਲਵਾਨ ਕੋਚ ਪਾਕਿਸਤਾਨ ਬਾਬਡਾ ਕੱਲ੍ਹ ਇਹ ਵੀ ਉੱਥੇ ਹੋਣਗੇ, ਤਮਾਮ ਦੋਸਤ ਉੱਥੇ ਆਵੋ, ਬੜੀ ਮਿਹਰਬਾਨੀ। ਕਿਆ ਬਾਤ ਹੈ, ਆਸਫ ਪਹਿਲਵਾਨ ਮੋਚੀ ਔਰ ਅਵੈਸ ਪਹਿਲਵਾਨ ਸਾਈ ਵਾਲੀਆ, ਉਹਨਾਂ ਦੇ ਦਰਮਿਆਨ ਜ਼ਬਰਦਸਤ ਮੁਕਾਬਲਾ। ਸਾਡੇ ਮੁਨਸਫ ਜਨਾਬ ਹਾਜੀ ਮੁਹੰਮਦ ਉਮਰ ਪਹਿਲਵਾਨ ਰੁਸਵੇ ਪਾਕੋਹਿੰਦ ਔਰ ਯੂਸਫ ਪਹਿਲਵਾਨ ਸਾਬਨ ਵਾਲਾ, ਦੋਵੇਂ ਆਪਣੇ ਆਪਣੇ ਦੌਰ ਦੇ ਵੱਡੇ ਪਹਿਲਵਾਨ, ਪਾਕਿਸਤਾਨ ਦਾ ਸਰਮਾਇਆ, ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਜ਼ੇਰੇ ਨਿਗਰਾਨੀ ਚੌਧਰੀ ਅਰਸ਼ਦ ਸਤਾਰ ਸਾਹਿਬ, ਸਦਰ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ। ਪਾਕਿਸਤਾਨ ਦੇ ਅੰਦਰ ਹਰ ਦੌਰ ਦੇ ਵਿੱਚ ਪਾਕਿਸਤਾਨ ਰੈਸਲਿੰਗ ਨੇ ਬੜੇ ਬੜੇ ਹੀਰੇ ਪੈਦਾ ਕੀਤੇ, ਲੇਕਿਨ ਸ਼ਾਇਕੀਨ ਵਾਸਤੇ ਇੱਕ ਮੈਂ ਐਸਾ
ਪਹਿਲਵਾਨਾਂ ਨੇ ਦਿੱਤਾ। ਉਮਰ ਪਹਿਲਵਾਨ ਪਾਕਿਸਤਾਨ ਦੀ ਤਾਰੀਖ ਦਾ ਇੱਕ ਐਸਾ ਪਹਿਲਵਾਨ ਹੈ ਕਿ ਜਿਹੜਾ 55 ਕਿਲੋ ਤੋਂ ਲੈ ਕੇ ਸੁਪਰ ਹੈਵੀ ਤੱਕ ਹਰ ਦੌਰ ਦਾ ਹਰ ਵੇਟ ਦਾ ਚੈਂਪੀਅਨ, ਇੰਟਰਨੈਸ਼ਨਲ ਚੈਂਪੀਅਨ ਰੁਸ ਨੇ ਪਾਕੋ ਹਿੰਦ ਪਾਕਿਸਤਾਨ ਦੀ ਪੂਰੀ ਦੁਨੀਆਂ ਦੇ ਉੱਤੇ ਝੰਡੇ ਬੁਲੰਦ ਕੀਤੇ। ਅੱਜ ਉਮਰ ਵਾਸਤੇ ਉਹਨੂੰ ਕਸਮਾਂ ਖੁਦਾ ਦੀ ਜਿਹੜਾ ਇੱਕ ਤਾੜੀ ਨਾ ਲਾਵੇ। ਅੱਜ ਸਾਡੇ ਕੋਲ ਪਾਕਿਸਤਾਨ ਦੇਸੀ ਕੁਸ਼ਤੀ ਦਾ ਸਰਮਾਇਆ ਉਹ ਪਾਕਿਸਤਾਨ ਦੇ ਤਮਾਮ ਪਹਿਲਵਾਨਾਂ ਦੀਆਂ ਗਰਦਨਾਂ ਤੇ ਹੱਥ ਰੱਖਣ ਵਾਲਾ ਤਮਾਮ ਪਹਿਲਵਾਨਾਂ ਨੂੰ ਕਿਆ ਬਾਤ ਹੈ, ਕਿਆ ਬਾਤ ਹੈ। ਲਓ ਜੀ ਆਸਫ ਪਹਿਲਵਾਨ ਮੋਚੀ ਕੁਸ਼ਤੀ ਗ੍ਰਾਮਾਂ ਚ ਕਾਮਯਾਬ, ਮੇਰੀ ਮੁਰਾਦ ਗੋਗਾ ਪਹਿਲਵਾਨ ਗੁਜਰਾਂ ਵਾਲੀਆ ਚੈਂਪੀਅਨ ਪਾਕਿਸਤਾਨ ਉਹ ਵੀ ਤਸ਼ਰੀਫ ਫਰਮਾ ਨੇ, ਮਿਹਰਬਾਨੀ ਸ਼ੁਕਰੀਆ। ਪਠਾਨਾਦਰ ਖਾਨ ਪਹਿਲਵਾਨ ਪਠਾਨ ਹੈ ਜੀ, ਇਹਨੇ ਸਾਹਿਬ ਪਹਿਲਵਾਨ ਦੇ ਪੁੱਤੀ
ਸ਼ੇਰੇ ਪਾਕਿਸਤਾਨ ਜਨਾਬ ਆਸਫ ਪਹਿਲਵਾਨ ਮੋਚੀ, ਬ੍ਰਦਰ ਮਟਰ ਪਹਿਲਵਾਨ ਮੋਚੀ ਤੇ ਪੱਠਾ ਨਾਦਰ ਖਾਨ ਪਹਿਲਵਾਨ ਪਠਾਨ ਜੀ। ਮਲਕ ਹਨਾਨ ਖੋਖਰ, ਮਲਕ ਇਬਰਾਹਿਮ ਖੋਖਰ, ਹਾਂਜੀ ਮਲਕ ਸ਼ਕੀਲ ਖੋਖਰ ਸਾਹਿਬ, ਯੂਸਫ ਸਾਡਾ ਵੀ ਸੋਚਣ ਲੱਗ ਜਾਣਾ ਮੈਡਮ ਕਿੱਥੇ ਗਏ ਤੁਸੀਂ।